ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਸ਼ੁਭੇਚਾਵਾਂ ਜੀ। ਬਾਪੂ ਜੀ, ਅੱਜ ਗੱਲਬਾਤ ਆਪਾਂ ਕਰਨੀ ਹੈ ਹਰਜੀਤ ਬਰਾੜ ਹੁਣਾਂ ਦੀ। ਸੋ ਜਵਾਨੀ ਦੇ ਵਿੱਚ ਹੀ ਚਲਾ ਗਿਆ ਸੀ ਨੌਜਵਾਨ, ਪਰ ਅੱਜ ਵੀ ਜਦੋਂ ਕਦੇ ਹਰਜੀਤ ਦੀ ਗੱਲਬਾਤ ਹੁੰਦੀ ਹੈ ਨਾ, ਜਿਨ੍ਹਾਂ ਨੇ ਉਹਨਾਂ ਦੇ ਮੈਚ ਦੇਖੇ ਆ, ਹੈ ਨਾ, ਸੋ ਉਸੇ ਤਰ੍ਹਾਂ ਨਜ਼ਰਾਂ ਦੇ ਮੂਹਰੇ ਆ ਜਾਂਦਾ ਕਿਸ ਤਰ੍ਹਾਂ ਪੱਟ ਚੱਕ ਕੇ ਨਾ, ਇੱਕ ਲੱਤ ਚੱਕ ਕੇ ਆਪਣੇ ਪਿੱਛੇ ਥਾਪੀ ਜੀ ਮਾਰਦੇ ਹੁੰਦਾ ਸੀ ਹਰਜੀਤ, ਅਤੇ ਜਦੋਂ ਰੇਡ ਪਹੁੰਚ ਜਾਣਾ ਇੱਦਾਂ ਅਸਮਾਨ ਸੂਰਜਲ ਨੂੰ ਦੇਖਣਾ। ਅੱਜ ਹਰਜੀਤ ਹੁਣਾਂ ਦੀਆਂ ਗੱਲਾਂ ਕਰਾਂਗੇ, ਯਾਦ ਕਰਾਂਗੇ, ਸ਼ਰਧਾਂਜਲੀ ਦੇਵਾਂਗੇ ਉਸ ਕਹਿੰਦੇ ਹੁੰਦੇ ਆ ਵੀ ਮਹਾਨ ਖਿਡਾਰੀ ਨੂੰ। ਬਾਪੂ ਜੀ ਤੁਸੀਂ ਕਰਿਓ ਗੱਲਾਂ ਅਤੇ ਮੈਂ ਡੋਰ ਓਪਨ ਕਰਿਆ ਵਾਂ ਜੀ, ਪਲੀਜ਼। ਇਹ ਆਪਣਾ ਹਰਜੀਤ ਬਾਜਾ ਖਾਨਾ ਵੀ ਇਹਨੂੰ ਕਹਿ ਦਿੰਦੇ ਆ, ਬਰਾੜ ਵੀ ਕਹਿ ਦਿੰਦੇ ਆ, ਹਰਜੀਤ ਸਿੰਘ ਬਰਾੜ ਅਤੇ ਹਰਜੀਤ ਬਾਜਾ ਖਾਨਾ। ਬਾਜਾ ਖਾਨਾ ਇਸ ਕਰਕੇ ਕਹਿੰਦੇ ਨੇ ਕਿ ਪਿੰਡ ਬਾਜੇ ਖਾਨੇ ਦਾ ਜੰਪਲ ਸੀ ਇਹ, ਔਰ ਇਹਦੇ ਪਿਤਾ ਜੀ ਸਰਦਾਰ ਬਖਸ਼ੀਸ਼ ਸਿੰਘ ਉਹ ਪੁਲਿਸ ਦੇ ਵਿੱਚ ਸੀਗੇ, ਉਹ ਇੰਸਪੈਕਟਰ ਬਣ ਗਏ ਸੀ ਬਾਅਦ ਦੇ ਵਿੱਚ। ਤੋਂ ਪਹਿਲੀ ਪੜ੍ਹਾਈ ਹਰਜੀਤ ਨੇ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਕੀਤੀ ਜੀ, ਔਰ ਉਸ ਤੋਂ ਬਾਅਦ ਕੁਝ ਇਹੋ ਜਿਹੇ ਹਾਲਾਤ ਬਣੇ ਕਿ ਇਹਦਾ ਇੱਕ ਵੱਡਾ ਭਰਾ ਉਹ ਵੀ ਪੁਲਿਸ ਦੇ ਵਿੱਚ ਸੀਗਾ, ਉਹ ਗਨਮੈਨ ਸੀ ਕਿਸੇ ਵੀ ਆਈ ਪੀ ਦਾ, ਤੇ ਉਹਦੀ ਡੈਥ ਹੋ ਗਈ ਸੀਗੀ। ਉਹ ਡੈਥ ਹੋ ਜਾਣ ਤੋਂ ਬਾਅਦ ਜਿਹੜਾ ਘਰ ਦਾ ਮਾਹੌਲ ਸੀ ਉਹ ਥੋੜਾ ਜਿਹਾ ਸੋਗੀ ਹੋ ਗਿਆ, ਕਿਉਂਕਿ ਨੌਜਵਾਨ ਬੱਚਾ ਗੁਜ਼ਰ ਗਿਆ ਸੀਗਾ, ਤੇ ਇਹ ਸੋਚਿਆ ਜਾਣ ਲੱਗਿਆ ਕਿ ਵੀ ਇਸ ਨੂੰ ਇਸ ਮਾਹੌਲ ਤੋਂ ਰਤਾ ਲਾਂਭੇ ਕਰਕੇ ਕਿ ਬੜਾ ਹੁੰਦੜਹੇਲ ਬੱਚਾ ਹੈਗਾ, ਖੇਡਾਂ 'ਚ ਬੜਾ ਹਿੱਸਾ ਲੈਂਦਾ, ਅਤੇ ਇਹਨੂੰ ਸਪੋਰਟਸ ਸਕੂਲ ਦੇ ਵਿੱਚ ਜਲੰਧਰ ਭੇਜ ਦਿੱਤਾ ਜੀ। ਜਲੰਧਰ ਜਾ ਕੇ ਉੱਥੇ ਜਿਹੜੇ ਕੋਚ ਮਿਲੇ ਇਸ ਨੂੰ, ਉਹਨਾਂ ਨੇ ਫਿਰ ਇਸ ਨੂੰ ਚੰਗੀ ਤਰ੍ਹਾਂ ਚੰਡਿਆ, ਟ੍ਰੇਨਿੰਗ ਦਿੱਤੀ। ਇਹ ਐਥਲੀਟ ਵੀ ਸੀਗਾ ਅਤੇ ਨਾਲ ਦੀ ਨਾਲ ਇਹ ਕਬੱਡੀ ਵੀ ਖੇਡ ਲੈਂਦਾ ਸੀਗਾ। ਅਥਲੀਟ ਦੇ ਤੌਰ ਦੇ ਉੱਤੇ ਇਹ ਸ਼ਾਟ ਪੁੱਟਰ ਸੀ, ਗੋਲਾ ਸੁੱਟਦਾ ਸੀ, ਔਰ ਮਾਲੜੀ ਸਾਹਿਬ ਇਹਦੇ ਕੋਚ ਸੀ, ਹੋਰ ਵੀ ਉੱਥੇ ਬਾਕੀ ਸਾਰੇ ਕੋਚ ਸੀਗੇ, ਅਤੇ ਸੀਗਾ ਬੜਾ ਇਹ ਜਮਾਂਦਰੂ ਹੀ ਬੜਾ ਹੁੰਦੜ ਹੇਲ। ਔਰ ਛੋਟਾ ਹੁੰਦਾ ਹੀ ਕਿਹਾ ਜਾਂਦਾ ਸੀਗਾ ਕਿ ਵੀ ਇਹ ਆਮ ਬੱਚਿਆਂ ਦੇ ਨਾਲੋਂ ਐਵੇਂ ਲੱਗਦਾ ਸੀ ਜਿਵੇਂ ਸਾਲ ਦੋ ਸਾਲ ਵੱਡਾ ਹੋਵੇ, ਬੜੇ ਹੱਡਾਂ ਪੈਰਾਂ ਦਾ ਖੁੱਲ੍ਹਾ ਸੀਗਾ, ਔਰ ਖਾਦ ਖੁਰਾਕ ਵੀ ਚੰਗੀ ਸੀ ਇਹਦੀ। ਤੋ ਉੱਥੇ ਫਿਰ ਜਦੋਂ ਇਸ ਨੂੰ ਸਪੋਰਟਸ ਸਕੂਲ ਦੇ ਵਿੱਚ ਟ੍ਰੇਨਿੰਗ ਮਿਲ ਗਈ ਨਾ, ਉਹਦੇ ਨਾਲ ਫਿਰ ਇੱਕ ਤਾਂ ਇਹ ਗੋਲਾ ਸੁੱਟਦਾ ਸੀਗਾ, ਦੂਜਾ ਕਬੱਡੀ ਖੇਡਦਾ ਸੀ, ਕਬੱਡੀ ਨੈਸ਼ਨਲ ਸਟਾਈਲ ਖੇਡਣ ਲੱਗ ਪਿਆ, ਅਤੇ ਇਹ ਲਾਈਮ ਲਾਈਟ ਦੇ ਵਿੱਚ ਆ ਗਿਆ। ਔਰ ਉਸ ਤੋਂ ਬਾਅਦ ਫਿਰ ਪਿੰਡਾਂ ਦੇ ਟੂਰਨਾਮੈਂਟ ਵੀ ਖੇਡਣ ਲੱਗ ਪਿਆ, ਪਿੰਡਾਂ ਦੇ ਟੂਰਨਾਮੈਂਟ ਖੇਡਦਾ ਕਰਦਾ। ਇਹਦਾ ਜਿਹੜਾ ਜਨਮ ਆ 1970-71-72 ਦਾ ਹੀ ਆ, ਅਤੇ 70s ਦੇ ਵਿੱਚ ਤਾਂ ਬੱਚਾ ਹੀ ਸੀਗਾ, ਔਰ 80s ਦੇ ਵਿੱਚ ਜਾ ਕੇ ਇਹ ਖਿਡਾਰੀ ਦੇ ਤੌਰ 'ਤੇ ਚੜ੍ਹਨਾ ਸ਼ੁਰੂ ਹੋ ਗਿਆ। ਇਹਦਾ ਜਿਹੜਾ ਸੀਗਾ ਨਾ ਪਿੰਡਾਂ ਦੇ ਵਿੱਚ ਖੇਡਣਾ, ਉਹ ਜ਼ਿਆਦਾ ਕਰਕੇ ਢੁੱਡੀ ਕੇ ਅਤੇ ਉਹਦਾ ਆਲਾ ਦੁਆਲਾ ਮੋਗੇ ਦਾ, ਇਹਨਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਟੂਰਨਾਮੈਂਟ ਹੋਣੇ ਉੱਥੇ ਉਹਨੇ ਆ ਕੇ ਖੇਡਣਾ। ਔਰ ਪਹਿਲਾਂ ਤਾਂ ਇਹ ਕਬੱਡੀ ਦੇ ਵਿੱਚ ਇਸ ਨੂੰ ਜਾਫੀ ਖਿਡਾ ਦਿੱਤਾ ਜਾਂਦਾ ਸੀ, ਬਾਅਦ ਦੇ ਵਿੱਚ ਤਾਂ ਫਿਰ ਇਹ ਰੇਡਰ ਦੇ ਤੌਰ 'ਤੇ ਇੰਨਾ ਪ੍ਰਸਿੱਧ ਹੋਇਆ ਕਿ ਸਾਰੀ ਦੁਨੀਆ ਦਾ ਕਬੱਡੀ ਦੀ ਖੇਡ ਦਾ ਅੱਵਲ ਨੰਬਰ ਰੇਡਰ ਮੰਨਿਆ ਗਿਆ। ਔਰ ਮੇਰੇ ਨਾਲ ਇਹਦਾ ਕਾਫੀ ਨੇੜ ਸੀ ਕਿਉਂਕਿ ਢੁੱਡੀ ਕੇ ਇੱਕ ਬੜਾ ਵੱਡਾ ਸੈਂਟਰ ਸੀ ਉਹਨਾਂ ਦਿਨਾਂ ਦੇ ਵਿੱਚ, ਉੱਥੇ ਹੀ ਕੋਚ ਹੁੰਦੇ ਸੀ ਆਮ ਤੌਰ 'ਤੇ, ਭਾਵੇਂ ਉਹ ਮੱਲੀ ਸੀਗਾ ਭਾਵੇਂ ਪਿਰਥੀ ਬਰਾੜ ਸੀ, ਇਹਨਾਂ ਦਾ ਹੈੱਡਕੁਆਟਰ ਹੁੰਦਾ ਸੀ ਉੱਥੇ, ਖਿਡਾਰੀ ਗੁਰ ਸਿੱਖਣ ਆ ਜਾਂਦੇ ਸੀਗੇ, ਬਾਕੀ ਸਾਡੇ ਕਾਲਜ ਦੀ ਟੀਮ ਹੁੰਦੀ ਸੀ, ਅਸੀਂ ਸਾਰੇ ਖੇਡਾਂ 'ਚ ਹਿੱਸਾ ਲੈਂਦੇ ਸੀ। ਤੋ ਇਸ ਨੂੰ ਜਦੋਂ ਮੌਕਾ ਮਿਲਿਆ ਨਾ ਵਿਦੇਸ਼ ਦੇ ਵਿੱਚ ਕਬੱਡੀ ਖੇਡਣ ਜਾਣ ਦਾ, ਉਹ ਮੌਕਾ ਦਵਾਇਆ ਸੁਰਜਨ ਚੱਠੇ ਹੋਰਾਂ ਨੇ, ਕਿਉਂਕਿ ਪਹਿਲਾਂ ਇੱਕ ਦੋ ਵਾਰੀ ਟਰਾਈ ਕੀਤੀ ਤਾਂ ਇਸ ਨੂੰ ਵੀਜ਼ਾ ਨਾ ਮਿਲ ਸਕਿਆ, ਉਹਨਾਂ ਦਿਨਾਂ ਦੇ ਵਿੱਚ ਵੀਜ਼ਾ ਥੋੜ੍ਹਾ ਜਿਹਾ ਮੁਸ਼ਕਿਲ ਮਿਲਦਾ ਸੀ। ਇਹ ਸਮਝਿਆ ਜਾਂਦਾ ਸੀਗਾ ਕਿ ਵੀ ਜੇ ਖਿਡਾਰੀ ਨੂੰ ਵੀਜ਼ਾ ਦੇ ਦਿੱਤਾ ਕਿਤੇ ਇਹ ਨਾ ਹੋਵੇ ਬਾਹਰ ਜਾ ਕੇ ਰਹਿ ਜਾਵੇ, ਅਤੇ ਇਸ ਕਰਕੇ ਨਾ ਇਹਨੂੰ ਇਨਕਾਰ ਹੁੰਦਾ ਰਿਹਾ, ਅਤੇ ਉਸ ਤੋਂ ਬਾਅਦ ਇਸ ਨੂੰ ਵੀਜ਼ਾ ਮਿਲ ਵੀ ਗਿਆ, ਅਤੇ ਉਹ ਤਾਂ ਲੰਮੀ ਕਹਾਣੀ ਆ ਕਿ ਕਿਵੇਂ ਮਿਲਿਆ, ਕਿਵੇਂ ਪਾਸਪੋਰਟ ਜਾਂ ਹੋਰ ਨਾਂ ਦੇ ਤੌਰ ਦੇ ਉੱਤੇ ਗਿਆ ਉਹ। ਔਰ ਹਰਜੀਤ ਬਾਜਾ ਖਾਨਾ ਦੇ ਤੌਰ 'ਤੇ ਖੇਡਦਾ ਰਿਹਾ ਇੱਧਰ ਕੈਲੀਫੋਰਨੀਆ 'ਚ, ਆਪਣੇ ਇੱਧਰ ਟੋਰਾਂਟੋ ਦੇ ਵਿੱਚ, ਵੈਨਕੂਵਰ ਸਾਈਡ 'ਤੇ, ਇੰਗਲੈਂਡ ਦੇ ਵਿੱਚ। ਤੋ ਇਹ ਜਦੋਂ ਵਿਦੇਸ਼ਾਂ ਤੋਂ ਇੱਕ ਵਾਰੀ ਖੇਡ ਕੇ ਮੁੜਿਆ ਅਤੇ ਮੈਨੂੰ ਚੇਚਾ ਮਿਲਣ ਆਇਆ ਢੁੱਡੀ ਕੇ ਕਾਲਜ ਦੇ ਵਿੱਚ, ਕਹਿੰਦਾ ਪ੍ਰੈਸ ਸਾਹਿਬ ਮੇਰੇ ਬਾਰੇ ਕੁਛ ਲਿਖੋ, ਮੇਰੀ ਬਾਹਰ ਬਹੁਤ ਬੱਲੇ ਬੱਲੇ ਹੋਈ ਆ। ਮੈਂ ਕਿਹਾ ਵੀ ਚਲੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਬੈਠ ਕੇ ਕੰਟੀਨ ਦੇ ਵਿੱਚ।
ਮੈਂ ਉਹਦੀਆਂ ਗੱਲਾਂ ਬਾਤਾਂ ਸਾਰੀਆਂ ਨੋਟ ਕੀਤੀਆਂ, ਉਹਦਾ ਬਚਪਨ, ਕਿਵੇਂ ਉਹ ਪੁਲਿਸ ਦੇ ਵਿੱਚ ਗਿਆ, ਬਾਅਦ ਦੇ ਵਿੱਚ ਕਿਵੇਂ ਵਿਦੇਸ਼ ਦੇ ਵਿੱਚ ਗਿਆ, ਇਹ ਸਾਰੀਆਂ ਗੱਲਾਂ ਬਾਤਾਂ. ਫਿਰ ਮੈਂ ਉਹਦੇ ਬਾਰੇ ਇੱਕ ਆਰਟੀਕਲ ਲਿਖਿਆ ਅਖਬਾਰਾਂ 'ਚ, ਕਬੱਡੀ ਦਾ ਚੜ੍ਹਦਾ ਸੂਰਜ. ਤੋ ਬੜੀ ਇਹਦੀ ਮਹਿਮਾ ਹੋਈ. ਔਰ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਦੋ ਗੱਲਾਂ ਖਾਸ ਤੌਰ 'ਤੇ ਯਾਦ ਹੈ ਦੀਆਂ. ਇੱਕ ਤਾਂ ਗਾਲਬ ਪਿੰਡ ਦੇ ਵਿੱਚ ਟੂਰਨਾਮੈਂਟ ਹੁੰਦਾ ਹੁੰਦਾ ਸੀ, ਗੁਰਚਰਨ ਸਿੰਘ ਗਾਲਬ ਜਿਹੜਾ MP ਵੀ ਰਿਹਾ, ਔਰ ਉੱਥੋਂ ਦਾ ਇੱਕ ਨੌਜਵਾਨ ਸੀ ਬਿੱਲੂ, ਉਹਨੇ ਮੈਨੂੰ ਚੇਚਾ ਕਹਿਣਾ, ਪ੍ਰੈਸ ਸਾਹਿਬ ਭਾਵੇਂ ਕਿਵੇਂ ਹੋ ਜਾਏ, ਉਸ ਦਿਨ ਤੁਸੀਂ ਫਾਈਨਲ ਮੈਚ ਵਾਲੇ ਦਿਨ ਸਾਡੇ ਕੋਲ ਜ਼ਰੂਰ ਆਉਣਾ. ਅਤੇ ਉਹਨਾਂ ਨੇ ਮੈਨੂੰ ਆਗੇ ਲੈ ਜਾਣਾ, ਟੁੱਡੀ ਗੇ ਤੋਂ ਗਾਲਬ ਬਿਲਕੁਲ ਨੇੜੇ ਹੀ ਹੈ. ਅਤੇ ਉਹਨਾਂ ਨੇ ਉਦੋਂ ਇਹ ਕਰਨਾ ਵੀ ਜਿਹੜਾ ਫਾਈਨਲ ਮੈਚ ਆ ਨਾ, ਇਹ 'ਤੇ ਰੌਲਾ ਪੈਂਦਾ ਹੁੰਦਾ, ਇਹਦੇ ਰੈਫਰੀ ਹੋਣਗੇ ਪ੍ਰੋਫੈਸਰ ਸਰਵਣ ਸਿੰਘ. ਉਹ ਮੈਨੂੰ ਇਹਨਾਂ ਨੇ ਫੜਾ ਦੇਣਾ ਜੀ, ਉਸ ਵੇਲੇ ਆਪਣਾ ਵਿਸਲ ਫੜਾ ਦੇਣੀ. ਅਤੇ ਮੇਰੇ 'ਤੇ ਖਿਡਾਰੀਆਂ ਨੂੰ ਇੰਨਾ ਯਕੀਨ ਸੀਗਾ ਕਿ ਵੀ ਇਹ ਬਿਲਕੁਲ ਸਹੀ ਖਿਡਾਉਣਗੇ ਅਤੇ ਕਿਸੇ ਦੇ ਨਾਲ ਇਹ ਮਤਲਬ ਵਾਧਾ ਵੱਟਾ ਨਹੀਂ ਹੋਣ ਦੇਣਗੇ. ਤੋ ਇੱਕ ਮੈਚ ਸੀਗਾ, ਉਹ ਮੈਨੂੰ ਅੱਜ ਤੱਕ ਯਾਦ ਹੈ, ਮੇਰੀ ਅੱਖਾਂ ਦੇ ਸਾਹਮਣੇ ਆ. ਉਹ ਸੰਦੀਪ ਜੀ ਰੱਜੀ ਵਾਲੇ ਦੀ ਟੀਮ ਦੇ ਵਿੱਚ ਹਰਜੀਤ ਖੇਡਦਾ ਸੀਗਾ, ਔਰ ਪਿੰਡਰਾਂ ਦੀ ਟੀਮ ਦੇ ਵਿੱਚ ਬੰਤਾ. ਬੰਤਾ ਬਹੁਤ ਤਗੜਾ ਜਾਫੀ ਸੀਗਾ ਔਰ ਇਹ ਬਹੁਤ ਤਗੜਾ ਰੇਡਰ ਸੀ. ਤੇ ਮੈਚ ਇੰਨਾ ਫਸਿਆ ਇਹਨਾਂ ਦਾ, ਵਿਸਲ ਮੇਰੇ ਹੱਥ ਸੀਗੀ ਤੇ ਅਖੀਰਲੀ ਕਬੱਡੀ ਤੱਕ ਚਲਿਆ ਗਿਆ ਤੇ ਪੁਆਇੰਟ ਬਰਾਬਰ ਸੀਗੇ. ਔਰ ਜਿਹੜੀ ਅਖੀਰਲੀ ਕਬੱਡੀ ਸੀਗੀ ਉਹਦੇ ਤੇ ਡਿਸਾਈਡ ਹੋਣਾ ਸੀਗਾ ਕਿ ਮੈਚ ਇਹ ਕਿਹੜੀ ਟੀਮ ਜਿੱਤਦੀ ਆ. ਜੀ ਉਧਰ ਬੰਤੇ ਨੂੰ ਬੜੀ ਇਸ ਗੱਲ ਦੀ ਸੀ ਕਿ ਮੈਂ ਕੋਈ ਆ ਜਾਵੇ ਤੇ ਮੈਂ ਮਤਲਬ ਫੜੂੰਗਾ, ਖਿਡਾਰੀ ਨੂੰ ਰੱਖੂੰਗਾ. ਇੱਧਰ ਹਰਜੀਤ ਨੂੰ ਸੀਗਾ ਕਿ ਵੀ ਮੈਂ ਹੁਣ ਅਖੀਰਲੀ ਕੌਡੀ ਪਾਉਣੀ ਆ, ਸਾਰਾ ਦਾਰੋਮਦਾਰ ਇਹਦੇ ਤੇ ਆ. ਉਹ ਮੈਨੂੰ ਉਹ ਗਰਾਊਂਡ ਪੂਰਾ ਯਾਦ ਆ, ਗਾਲਬ ਕਲਾਂ ਦਾ, ਉਹ ਛੱਪੜ ਦੇ ਕਿਨਾਰੇ ਜੇ ਤੇ ਬਣਿਆ ਹੋਇਆ ਸੀਗਾ. ਉਹ ਖੁੱਲੀ ਜਗ੍ਹਾ ਪਈ ਹੋਈ ਸੀ, ਬੜਾ ਇਕੱਠ ਹੋਇਆ ਸੀ, ਤਾਲੀਆਂ ਆਲੇ ਦੁਆਲੇ ਲੱਗੀਆਂ ਹੋਈਆਂ. ਤੇ ਮੈਂ ਉਹਨੂੰ ਹਰਜੀਤ ਨੂੰ ਕਿਹਾ, ਮੈਂ ਕਿਹਾ ਵੀ ਦੇਖ ਗੱਲ ਇਹ ਆ, ਅਖੀਰਲੀ ਕਬੱਡੀ ਆ, ਇਹ ਅਖੀਰਲਾ ਪੁਆਇੰਟ ਆ, ਤੂੰ ਕਬੱਡੀ ਥੋੜਾ ਉੱਚੀ ਬੋਲਣੀ ਆ ਤਾਂ ਕਿ ਜਿਹੜੇ ਦਾਇਰੇ ਦੇ ਆਲੇ ਦੁਆਲੇ ਤੱਕ ਲੋਕਾਂ ਨੂੰ ਸੁਣੇ, ਇਹ ਨਾ ਕੋਈ ਕੱਲ ਨੂੰ ਕਵੇ ਕਿ ਵੀ ਤੂੰ ਉਦੋਂ ਕਬੱਡੀ ਬੋਲ ਕੇ ਕਬੱਡੀ ਪਾਈ ਜਾਂਦੀ, ਆਪਣਾ ਰੇਡ ਪਾਈ ਜਾਂਦੀ ਸੀਗੀ. ਟਾਈਮ ਤੇ ਨਹੀਂ ਸੀ ਕੀਤੀ ਇਹ, ਆ ਜਿਵੇਂ ਹੁਣ ਟਾਈਮ ਤੇ ਆ ਨਾ, ਹੁਣ ਤਾਂ ਚੁੱਪ ਕਰਕੇ ਹੁੰਦਾ, ਟਾਈਮ ਦੇ ਹਿਸਾਬ ਨਾਲ ਕਬੱਡੀ ਹੁੰਦੀ ਆ. ਇਹ 1990 ਦੇ ਕਰੀਬ ਦੀ ਗੱਲ ਆ ਇਹ. ਤੇ ਇਹ ਕਹਿੰਦਾ ਠੀਕ ਆ ਜੀ, ਮੈਂ ਕਿਹਾ ਵੀ ਉੱਚੀ ਬੋਲੀ ਤੂੰ. ਤੇ ਉਧਰ ਮੈਂ ਕਿਹਾ ਵੀ ਫਾਊਲ ਨੀ ਖੇਡਣਾ ਇਹਦੇ ਤੇ, ਕੋਈ ਇਸ ਤਰ੍ਹਾਂ ਮਤਲਬ ਮੂੰਹ ਮਾਰਦੇ ਨੀ ਮਾਰਨਾ, ਇਹ ਨਹੀਂ. ਉਹਨਾਂ ਬੰਤੇ ਹੋਣਾਂ ਨੂੰ ਵੀ ਸਾਰਿਆਂ ਨੂੰ ਸੁਚੇਤ ਕੀਤਾ ਵੀ ਫੇਅਰ ਗੇਮ, ਫੇਅਰ ਪੁਆਇੰਟ ਹੋਣਾ ਚਾਹੀਦਾ ਇਹ, ਸਭ ਦਾ ਧਿਆਨ ਜੀ. ਤੇ ਉਹ ਲਾਊਡ ਸਪੀਕਰ ਵਾਲੇ ਨੂੰ ਕਹਿਦਾ, ਮੈਂ ਕਿਹਾ ਵੀ ਹੁਣ ਤੂੰ ਚੁੱਪ ਕਰ ਜਾ, ਹੁਣ ਟਿਕ ਕੇ ਮਤਲਬ ਇਹ ਕਬੱਡੀ ਬਹਿਣ ਦੇ. ਤੇ ਉਹ ਕਬੱਡੀ ਨੇ ਜੀ ਪੂਰਾ ਐਨ ਬਾਹਾਂ ਬੂਹਾਂ ਜਾਂ ਮਾਰ ਕੇ ਪੂਰਾ ਸਾਹ ਭਰਿਆ. ਤੇ ਕਬੱਡੀ ਜਦੋਂ ਇਹ ਨੇ ਪਾਈ, ਜਿਸ ਤਰ੍ਹਾਂ ਦਾ ਸਟਾਈਲ ਸੀ ਵੀ ਮਾਰਨੀ, ਤੇ ਥੋੜਾ ਜਿਹਾ ਉੱਥੇ ਜਾ ਕੇ ਮੋਢੇ ਜੇ ਹਿਲਾ ਕੇ ਤੇ ਹੁਲਾਰਾ ਜਿਹਾ ਲੈਣਾ, ਤੇ ਲੋ ਬੰਤੇ ਦੇ ਨਾਲ ਹੀ ਹੱਥ ਜੁੜੇ ਇਹਦੇ. ਬੰਤੇ ਦੇ ਨਾਲ ਹੱਥ ਇਹੋ ਜਿਹੇ ਜੁੜੇ ਕਿ ਬੰਤੇ ਨੇ ਜੀ ਇਸ ਨੂੰ ਡਿੱਗਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇਹ ਡਿੱਗਦਾ ਡਿੱਗਦਾ ਨੇੜੇ ਪਹੁੰਚ ਗਿਆ ਤੇ ਬਿਲਕੁਲ ਨੇੜੇ ਆ ਕੇ ਗੁੱਥਮ ਗੁੱਥਾ ਹੋ ਗਏ. ਜੀ ਮੈਂ ਮਿਸਲ ਮੇਰੇ ਕੋਲੇ ਸੀਗੀ ਤੇ ਮੈਂ ਨਾਲ ਹੀ ਮਤਲਬ ਉਹਨੂੰ ਕਹਿੰਦਾ ਰਿਹਾ ਵੀ ਕਬੱਡੀ ਉੱਚੀ ਬੋਲ, ਉੱਚੀ ਬੋਲ, ਇਹ ਨਾ ਹੋਵੇ ਵੀ ਤੇਰਾ ਮਤਲਬ ਸਾਹ ਜੇ ਹੁਣ ਟੁੱਟ ਗਿਆ ਨਾ ਤੇ ਮੈਨੂੰ ਤੇਰੇ ਅਗੇਂਸਟ ਪੁਆਇੰਟ ਲਾਜ਼ਮੀ ਹੋਊਗਾ. ਇਹ ਵੀ ਕਬੱਡੀ 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 ਉੱਚੀ ਬੋਲਦਾ ਗਿਆ ਇਹ. ਔਰ ਹੈਰਾਨ ਸੀ ਵੀ ਇਹਨੇ, ਮੇਰਾ ਖਿਆਲ ਆ ਵੀ 30 ਸੈਕਿੰਡ ਹੁੰਦੀ ਆ ਊਂ ਤਾਂ ਕਬੱਡੀ ਹੁਣ ਕੀਤੀ ਆ, ਉਹ 30 ਸੈਕਿੰਡ ਤੋਂ ਵੀ ਵੱਧ ਇਹਦਾ ਸਾਹ ਇੰਨਾ ਭਰਿਆ ਸੀਗਾ ਕਿ ਕਰਦਾ ਕਰਦਾ ਜੀ ਇਹ ਕਬੱਡੀ ਕਬੱਡੀ ਸੁਣਦਾ ਰਿਹਾ ਆਸੇ ਪਾਸੇ. ਔਰ ਇਹਨਾਂ ਦਾ ਜਿਹੜਾ ਜੱਫਾ ਸੀ ਨਾ, ਮੈਨੂੰ ਲੱਗਦਾ ਵੀ ਘੱਟੋ ਘੱਟ 15-20 ਸੈਕਿੰਡ ਚੱਲਿਆ. ਔਰ ਇਹਦਾ ਹੱਥ ਫਿਰ ਲੱਗ ਗਿਆ ਨਾ ਜਿਸ ਵੇਲੇ ਪਾਲੇ ਨੂੰ ਜੀ, ਨਾਲ ਹੀ ਇਹ ਨਿਟਾਲ ਜਿਹਾ ਹੋ ਗਿਆ. ਇਹਨੂੰ ਉਠਾਇਆ ਫਿਰ ਦੂਜਿਆਂ ਨੇ, ਉਹਦੇ ਸਾਥੀਆਂ ਨੇ, ਅੰਗੇ ਹੋਣਾ ਨੇ. ਔਰ ਉਹ ਪੁਆਇੰਟ ਜਿਹੜਾ ਸੀਗਾ ਫਿਰ ਇਹ ਬਣ ਗਿਆ ਹਰਜੀਤ ਦਾ. ਤੇ ਉਹਦੇ ਨਾਲ ਹੀ ਇਹ ਜਿੱਤ ਗਈ ਟੀਮ ਇਹਨਾਂ ਦੀ, ਰੱਜੀ ਵਾਲੇ ਦੀ, ਰੱਜੀ ਵਾਲੇ ਵੱਲੋਂ ਖੇਡਦਾ ਸੀਗਾ ਇਹ, ਔਰ ਪਿੰਡਾਂ ਦੀ ਟੀਮ ਹਾਰ ਗਈ. ਤੇ ਅੰਗਰੇਜ਼ ਤਾਂ ਖੈਰ ਪਿੰਡਾਂ ਦੀ ਟੀਮ ਦਾ ਸੀਗਾ ਖਿਡਾਰੀ. ਖੈਰ ਉਸ ਤੋਂ ਬਾਅਦ ਮੈਨੂੰ ਆਹ ਮਹਿਸੂਸ ਹੈ ਵੀ ਜਿਹੜੀ ਕਬੱਡੀ ਆ ਨਾ ਜੀ, ਇਹ ਸਾਧ ਤੇ ਟਾਈਮ ਤੇ ਹੋਵੇ ਨਾ ਤਾਂ ਇਹ ਬੈਟਰ ਰਹੇਗੀ, ਕਿਉਂਕਿ ਪਾਕਿਸਤਾਨ ਦੇ ਵਿੱਚ ਸਾਹ ਤੇ ਕਬੱਡੀ ਸ਼ੁਰੂ ਹੋ ਚੁੱਕੀ ਸੀਗੀ. ਮੈਨੂੰ ਵੀ ਲੱਗਿਆ ਵੀ ਦੇਖੋ ਬੰਤੇ ਨੇ ਵੀ ਪੂਰਾ ਜ਼ੋਰ ਲਾਇਆ, ਆਹ ਦੋਵਾਂ ਨੇ ਜ਼ੋਰ ਪੂਰਾ ਲਾਇਆ. ਹੋ ਸਕਦਾ ਵੀ ਕਬੱਡੀ ਕਬੱਡੀ ਕਹਿੰਦੇ ਆ, ਜਿਵੇਂ ਕਹਿੰਦੇ ਆ ਕਿ ਸਾਹ ਵਿੱਚੋਂ ਲਿਆ ਹੀ ਜਾਂਦਾ ਕਿਵੇਂ ਨਾ ਕਿਵੇਂ ਕਿਸੇ ਢੰਗ ਨਾਲ, ਕਿਤੇ ਇਹਦੇ ਨਾਲ ਮਤਲਬ ਮੈਂ ਕਿਹਾ ਵੀ ਬੰਤੇ ਨਾਲ ਨਾ ਵਧੀਕੀ ਹੋ ਗਈ ਹੋਵੇ. ਅਗਲੇ ਦਿਨ ਮੈਂ
ਸੀਗਾ ਲਿਖਿਆ ਵੀ ਜਿਹੜੀ ਕਬੱਡੀ ਹੈ ਇਹਨੂੰ ਹੁਣ ਸਾਹ ਤੇ ਕਰ ਦੇਣੀ ਚਾਹੀਦੀ ਆ, ਨਾ ਸਾਹ ਤੋਂ ਟਾਈਮ ਤੇ ਕਰ ਦੇਣੀ ਚਾਹੀਦੀ ਆ, ਉਂਝ ਸਾਹ ਚੱਲਦੇ ਰਹਿਣਾ ਚਾਹੀਦਾ ਕਿ ਕਬੱਡੀ ਦੀ ਪਛਾਣ ਆ, ਕੌਡੀ ਕੌਡੀ ਕਹਿੰਦਾ ਬੰਦਾ ਜਾਵੇ ਪਰ ਟਾਈਮ ਜਿਹੜਾ ਹੈਗਾ ਉਹ ਮਿਸ ਦਿੱਤਾ ਜਾਵੇ। ਉਦੋਂ ਪਹਿਲਾਂ 22 ਸੈਕਿੰਡ ਸੀ ਪਾਕਿਸਤਾਨ ਦੇ ਵਿੱਚ, ਫਿਰ 25 ਸੈਕਿੰਡ ਮਿਥਿਆ, ਫਿਰ 30 ਸੈਕਿੰਡ ਤੇ ਵੀ ਆ ਗਿਆ। ਤੋ ਇਹ ਖਿਡਾਰੀ ਜਿਹੜਾ ਸੀਗਾ ਨਾ ਜੀ ਆਪਣਾ ਬਹੁਤ ਮੈਂ ਸਮਝਦਾ ਹਰੇਕ ਥਾਂ ਤੇ ਬੜਾ ਹਰਮਨ ਪਿਆਰਾ ਰਿਹਾ। ਇੱਥੇ ਜਦੋਂ ਕੈਨੇਡਾ ਚ ਆਇਆ ਨਾ ਖੇਡਣ ਤਾਂ ਇੱਥੇ ਫਿਰ ਇਸ ਦਾ ਮੰਗਣਾ ਵੀ ਹੋ ਗਿਆ, ਵਿਆਹ ਵੀ ਹੋ ਗਿਆ ਔਰ ਪਰਿਵਾਰ ਇਹਦਾ ਇੱਥੇ ਬਣ ਗਿਆ, ਇਹ ਕੈਨੇਡੀਅਨ ਬਣ ਗਿਆ। ਔਰ 1998 ਦੇ ਦਿਨਾਂ ਦੀ ਗੱਲ ਆ ਇਹ, ਉਦੋਂ ਉੱਥੇ ਹਰ ਟੂਰਨਾਮੈਂਟ ਤੇ ਇਕੱਠੇ ਹੋਣਾ, ਮਿਲਣਾ ਗਿਲਣਾ, ਮੇਰੇ ਕੋਲ ਵੀ ਆਉਣਾ, ਅਸੀਂ ਇਕੱਠਿਆਂ ਨੇ ਜਾਣਾ ਵੀ ਕਈ ਵਾਰੀ। ਮੋਗਾ ਇਹਦਾ ਸੈਂਟਰ ਸੀਗਾ, ਮੋਗੇ ਦੇ ਵਿੱਚ ਇਹਨਾਂ ਨੇ ਗਾਗੋ ਹੋਣੀ, ਕਾਲੇ ਹੋਣੀ, ਗਾਜੀਆਣੀ ਦੇ ਮੁੰਡੇ, ਦੂਜੇ ਤੀਜੇ ਹੋਰ ਸਾਰੇ ਅੰਗਰੇਜ਼ ਹੋਣੀ ਪਿੰਡਾਂ ਵਾਲੇ, ਇਹ ਸਾਰੇ ਉੱਥੇ ਇਕੱਠੇ ਪ੍ਰੈਕਟਿਸ ਕਰਦੇ ਹੁੰਦੇ ਸੀਗੇ। ਉਹ ਬੜਾ ਅੱਛਾ ਮਾਹੌਲ ਸੀਗਾ ਉੱਥੇ ਗੁਰੂ ਨਾਨਕ ਕਾਲਜ ਮੋਗੇ ਦਾ ਅਤੇ ਢੁੱਡੀਗੇ ਦਾ, ਕਬੱਡੀ ਦੀ ਪ੍ਰਮੋਸ਼ਨ ਚੰਗੀ ਹੋ ਰਹੀ ਸੀਗੀ। ਔਰ ਉਹ ਫਿਰ ਨਾ ਇਹ ਜਦੋਂ ਇੱਥੇ ਵਿਆਹ ਵੀ ਗਿਆ ਤੇ ਉਸ ਤੋਂ ਬਾਅਦ ਉੱਥੇ ਖੇਡਣ ਗਿਆ ਨਾ ਪਾਕਿਸਤਾਨ, ਪਾਕਿਸਤਾਨ ਦੇ ਵਿੱਚ ਇਹਦੇ ਸੱਟ ਲੱਗ ਗਈ। 1998 ਦੀ ਗੱਲ ਆ, ਸੱਟ ਲੱਗੀ ਤਾਂ ਇਹਦਾ ਜਿਹੜਾ ਗੁੱਟ ਸੀਗਾ ਨਾ ਗੋਟੇ ਦਾ ਉੱਤਰ ਗਿਆ, ਤੇ ਫਿਰ ਪਾਕਿਸਤਾਨ ਦੀ ਟੀਮ ਆਈ ਇੱਥੇ, ਫਰੀਦਕੋਟ ਮੈਚ ਹੋਇਆ ਤਾਂ ਫਰੀਦਕੋਟ ਇਹ ਫਿਰ ਖੇਡਣ ਲੱਗਿਆ। ਜਦੋਂ ਗੋਟੇ ਦਾ ਬੰਨਿਆ ਹੋਇਆ ਸੀਗਾ ਤੇ ਖੇਡਣ ਲੱਗਿਆ ਤੇ ਫਿਰ ਇਹਦਾ ਗੁੱਟ ਹਿੱਲ ਗਿਆ। ਔਰ ਉਸ ਤੋਂ ਬਾਅਦ 13 ਅਪ੍ਰੈਲ ਦੀ ਵਿਸਾਖੀ ਹੁੰਦੀ ਆ ਤਲਵੰਡੀ ਸਾਬੋ ਦੀ, ਤੇ ਮੈਨੂੰ ਉੱਥੇ ਸੱਦਿਆ ਸੀ ਇਹਨਾਂ ਨੇ ਕਮੈਂਟਰੀ ਕਰਨ ਵਾਸਤੇ, ਮੈਂ ਗਿਆ ਉੱਥੇ ਤੇ ਉੱਥੇ ਗੁੱਟ ਬੰਨੀ ਖੜਾ ਸੀਗਾ ਔਰ ਖੇਡ ਨਹੀਂ ਸੀ ਰਿਹਾ ਤੇ ਆਪਦੀ ਟੀਮ ਨੂੰ ਹੱਲਾਸ਼ੇਰੀ ਦੇਣ ਵਾਸਤੇ ਹੀ ਆਇਆ ਸੀਗਾ। ਮੈਨੂੰ ਮਿਲਿਆ ਉਸ ਦਿਨ, ਮੈਂ ਪੁੱਛਿਆ ਹਾਲ ਚਾਲ ਤੇ ਵੀ ਕਿਵੇਂ ਆ ਹੁਣ ਤੇਰਾ ਗੁੱਟ, ਕਹਿੰਦਾ ਅੰਕਲ ਵੀ ਹੁਣ ਮੇਰਾ ਜਿਹੜਾ ਗੁੱਟ ਆ ਨਾ ਇਹ ਅੱਜ ਖੇਡਣ ਯੋਗ ਨਹੀਂ ਗਾ, ਤੇ ਮੇਰਾ ਜੀ ਬਹੁਤ ਕਰਦਾ ਸੀ ਵੀ ਇੱਥੇ ਮੈਂ ਖੇਡਾਂ ਪਰ ਮੈਂ ਹੁਣ ਇਹਨੂੰ, ਮੈਨੂੰ ਡਾਕਟਰ ਨੇ ਕਿਹਾ ਰੈਸਟ ਕਰ। ਔਰ ਉਹ ਜਿਹੜਾ ਉੱਥੇ ਮੈਚ ਹੋਇਆ ਉਸ ਤੋਂ ਬਾਅਦ ਅਸੀਂ ਫਿਰ ਢੁੱਡੀ ਕੇ ਆ ਗਏ, ਤੇ ਉਦੋਂ ਕੁਛ ਦਿਨਾਂ ਬਾਅਦ ਹੀ ਇਹ ਖਬਰ ਆਈ ਕਿ ਵੀ ਉਹ ਜਾ ਰਿਹਾ ਸੀਗਾ ਇੱਧਰ ਨੂੰ ਚੰਡੀਗੜ੍ਹ ਨੂੰ। ਆਪਣੇ ਪਿੰਡੋਂ ਉਹ ਚੱਲੇ, ਇੱਕ ਕੇਬਲ ਸੇਖੇ ਦਾ ਲੈ ਲਿਆ ਨਾਲ, ਇੱਕ ਆਪਣਾ ਕੇਬਲ ਲੈ ਗਿਆ ਲੋਪੋ ਵਾਲਾ, ਇੱਕ ਬਾਜ ਕਿਉਂਕਿਆਂ ਦਾ ਉਹਦਾ ਭਰਾ ਤਲਵਾਰ ਉਸ ਨੂੰ ਸਿੱਧਮਾਂ ਤੋਂ ਚੈਨਾ ਉਹ ਲੈ ਲਿਆ ਨਾਲ, ਤੇ ਇਹ ਉੱਥੇ ਗਏ। ਇਹਨਾਂ ਦਾ ਇੱਕ ਮਿੱਤਰ ਸੀਗਾ ਪਿੰਡ ਆ ਉੱਥੇ ਆਪਣੇ ਦੂਜੇ ਲੁਧਿਆਣੇ ਦੇ ਗੁਆਂਢ ਦੇ ਵਿੱਚ ਹੀ, ਮੈਨੂੰ ਹੁਣ ਮੂੰਹ ਤੇ ਫਿਰਦਾ ਫੁੱਲਾਂਵਾਲ, ਤੇ ਉੱਥੋਂ ਫਿਰ ਇਹ ਨਾ ਰੋਟੀ ਰਾਟੀ ਖਾ ਕੇ ਤੇ ਚੱਲ ਪਏ। ਕਹਿੰਦੇ ਵੀ ਆਪਾਂ ਬਹੁਤ ਜ਼ਰੂਰੀ ਆ ਆਪਣਾ ਇਹ ਕੰਮ ਉੱਥੇ ਚੰਡੀਗੜ੍ਹ ਵਾਲਾ ਉਹ ਕਰਨਾ ਹੈਗਾ ਆਪਾਂ। ਇਹ ਸਾਰੇ ਜਣੇ 5 ਜਣੇ ਇਹ ਡਰਾਈਵ ਤਾਂ ਇਹੀ ਕਰਦਾ ਸੀਗਾ ਹਰਜੀਤ ਹੀ। ਔਰ ਘੜੂਏ ਕੋਲੇ ਜਾ ਕੇ ਨਾ ਕੋਈ ਉਧਰੋਂ ਸਾਹਮਣੇ ਟਰੱਕ ਆਉਂਦਾ ਸੀਗਾ, ਉਹਦੀਆਂ ਬੱਤੀਆਂ ਬੜੀਆਂ ਤੇਜ਼ ਸੀਗੀਆਂ ਤੇ ਉੱਥੇ ਦਿਸ ਨਾ ਸਕਿਆ। ਮਤਲਬ ਜਿਵੇਂ ਕਹਿੰਦੇ ਹੁੰਦੇ ਜਦੋਂ ਹਾਦਸਾ ਹੁੰਦਾ ਨਾ ਪਤਾ ਨਹੀਂ ਲੱਗਦਾ ਕਿਹਦੀ ਗਲਤੀ ਹੁੰਦੀ ਹੈ ਕਿਵੇਂ ਹੋ ਜਾਂਦਾ। ਉਸ ਹਾਦਸੇ ਦੇ ਵਿੱਚ ਇਹ ਜਿਹੜਾ ਸੀਗਾ ਆਪਣਾ ਇਹ ਸਾਰੇ ਖਿਡਾਰੀ ਜਿਹੜੇ ਸੀਗੇ, ਚਾਰ ਬਿਲਕੁਲ ਜੀ, ਚਾਰ ਖਿਡਾਰੀ ਜਿਹੜੇ ਹੈਗੇ ਇਹ ਉੱਥੇ ਉਸ ਹਾਦਸੇ ਦੇ ਵਿੱਚ ਹਾਦਸਾਗ੍ਰਸਤ ਹੋ ਕੇ ਮਾਰੇ ਗਏ। ਔਰ ਕੇਵਲ ਉਹਨਾਂ ਦੇ ਵਿੱਚੋਂ ਇੱਕੋ ਚੈਨਾ ਸਿੱਧਮਾ ਵਾਲਾ ਉਹ ਹਲੇ ਵੀ ਹੈਗਾ, ਉਹ ਇਕੱਲਾ ਬਚ ਸਕਿਆ। ਤੋ ਉਹ ਤਾਂ ਬਿਲਕੁਲ ਸਾਰੀਆਂ ਗੱਲਾਂ ਮੈਨੂੰ ਚੈਨੇ ਨੇ ਦੱਸੀਆਂ ਕਿਵੇਂ ਹੋਈ ਕੀ ਹੋਈ। ਔਰ ਉਸੇ ਵੇਲੇ ਤਾਰਾਂ ਖੜਕ ਗਈਆਂ, ਸਾਰੀ ਦੁਨੀਆਂ 'ਚ ਪਤਾ ਲੱਗ ਗਿਆ ਔਰ ਵੀ ਹਰਜੀਤ ਬਾਜੇ ਖਾਨਾ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਅਕਾਲ ਚਲਾਣਾ ਕਰ ਗਿਆ। ਉਦੋਂ ਬਾਅਦ ਉਹਦੇ ਸੰਸਕਾਰ 'ਤੇ ਏਡਾ ਵੱਡਾ ਇਕੱਠ ਹੋਇਆ ਔਰ ਉਸ ਤੋਂ ਬਾਅਦ ਜਿੰਨੇ ਅਖੰਡ ਪਾਠ ਜਿੰਨੇ ਪਿੰਡਾਂ ਥਾਵਾਂ ਤੇ ਜਿੱਥੇ ਕਬੱਡੀ ਦੇ ਪ੍ਰਮੋਟਰ ਸੀ ਦੇਸ਼ ਵਿਦੇਸ਼ ਦੇ ਵਿੱਚ ਪਾਏ ਗਏ, ਇੰਨਾ ਸੋਗ ਮਨਾਇਆ ਗਿਆ। ਮੇਰਾ ਨਹੀਂ ਖਿਆਲ ਕਿ ਕਿਸੇ ਵੀ ਖਿਡਾਰੀ ਦਾ ਕੀ ਕਿਸੇ ਵੀ ਬੰਦੇ ਦਾ ਏਡੀ ਵੱਡੀ ਪੱਧਰ ਤੇ ਸੋਗ ਨਹੀਂ ਮਨਾਇਆ ਗਿਆ ਹੋਣਾ ਜਿੰਨਾ ਹਰਜੀਤ ਬਾਜੇ ਖਾਨੇ ਦਾ ਮਨਾਇਆ ਗਿਆ। ਤੋ ਵੀ ਉਹਦੇ ਅੰਦਰ ਬਹੁਤ ਕਬੱਡੀ, ਵੱਡੀ ਪੱਧਰ ਦੀ ਕਬੱਡੀ ਹੋਰ ਵੀ ਛੁਪੀ ਹੋਈ ਸੀ, ਕਰੋੜਾਂ ਰੁਪਇਆਂ ਦੀ ਕਬੱਡੀ ਛੁਪੀ ਹੋਈ ਸੀ। ਪਰ ਉਹ ਸਿਖਰ ਦੁਪਹਿਰੇ ਉਹ ਜਿਹੜਾ ਸੂਰਜ ਚੜਿਆ ਸੀ ਨਾ, ਜਿਹਨੂੰ ਮੈਂ ਕਬੱਡੀ ਦਾ ਚੜ੍ਹਦਾ ਸੂਰਜ ਕਿਹਾ ਸੀ, ਉਹ ਸਿਖਰ ਦੁਪਹਿਰੇ ਛਿਪ ਗਿਆ। ਤੇ ਇਹ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਕਬੱਡੀ ਦਾ ਵੀ, ਖਿਡਾਰੀ ਦਾ, ਪਰਿਵਾਰ ਦਾ। ਹੁਣ ਉਸਦੀ ਬੱਚੀ ਹੈਗੀ ਹੈ ਇੱਕ, ਉਹ ਨੌਜਵਾਨ ਹੈ ਬੇਟੀ, ਤੇ 98 ਦੇ ਵਿੱਚ ਹੀ ਉਹਦੀ ਉਦੋਂ ਕੀ ਦੀ ਬਰਥ ਹੈਗੀ ਆ, ਤੇ ਸਮਝ ਲਓ ਵੀ ਹੁਣ 24 ਸਾਲ ਦੀ ਹੋਏਗੀ ਲੜਕੀ। ਉਹ ਇੱਥੇ ਉਹਦੇ ਰਿਸ਼ਤੇਦਾਰ ਨੇ
ਆਪਣਾ ਦਿਓਲ ਪਰਿਵਾਰ ਆ ਜਿਹੜੇ ਪਰਿਵਾਰ ਦੇ ਵਿੱਚ ਉਹ ਵਿਆਹਿਆ ਸੀਗਾ, ਤੋ ਇਹ ਗੱਲਾਂ ਗਾਂਧੀਗਾ ਜੀਵਨ ਤਾਂ ਤੁਰਦਾ ਰਹਿੰਦਾ ਪਰ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ। ਤੇ ਅੱਜ ਆਪਾਂ ਹਰਜੀਤ ਬਾਜੇ ਖਾਨੇ ਨੂੰ ਯਾਦ ਕਰਕੇ ਫਿਰ ਮੈਨੂੰ ਉਹਦੀਆਂ ਸਾਰੀਆਂ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਆ ਗਈਆਂ। ਹੋਰ ਜੇ ਕੋਈ ਗੱਲ ਕਰਨੀ ਹੋਈ ਕਿਸੇ ਦੋਸਤ ਮਿੱਤਰ ਨੇ ਜੀ ਸਕਦੇ ਕਰਦੇ ਹਾਂ ਬਾਪੂ ਜੀ, ਆਪਾਂ 5-4 ਮਿੰਟ ਨਾ ਮੈਂ ਚਾਹੂੰਗਾ ਤੁਸੀਂ ਨਾਲ ਹੀ ਰਿਹੋ, ਆਪਾਂ ਮੈਚ ਜਿਹੜੇ ਉਹਦੇ ਆ ਜਾਂ ਕੋਈ ਕੋਈ ਵੀ ਹਰਜੀਤ ਹੋਣਾ ਦੀ ਗੱਲ ਕਰਨੀ ਆ ਅਤੇ 905-601-1350 ਤਲਵਿੰਦਰ ਜੱਟ ਸਾਹਿਬ ਸਟੂਡੀਓ ਵਿੱਚ ਪਹੁੰਚੇ। ਤਲਵਿੰਦਰ ਤੁਹਾਨੂੰ ਵੀ ਜੀ ਆਇਆਂ ਵੀਰੇ। ਹਾਂ, ਸਭ ਤੋਂ ਪਹਿਲਾਂ ਆਪ ਜੀ ਨੂੰ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵੈਰੀ ਵੈਰੀ ਗੁੱਡ ਮੋਰਨਿੰਗ। ਅਤੇ ਗੱਲਾਂ ਬਾਤਾਂ ਸੁਣ ਰਿਹਾ ਸੀ ਪ੍ਰਿੰਸੀਪਲ ਸਾਹਿਬ ਦੀਆਂ, ਪ੍ਰਜੀਤ ਬਾਜਾ ਖਾਨਾ ਦਾ ਦੇਖ ਲਓ ਨਾ, ਚੜ੍ਹਦਾ ਸੂਰਜ ਸੀ। ਸਹੀ ਗੱਲ, ਬਿਲਕੁਲ ਬਾਪੂ ਜੀ ਹੁਣਾਂ ਨੇ ਨਾਮ ਦਿੱਤਾ ਸੀ। ਅਤੇ ਤਲਵਿੰਦਰ ਅੱਗੇ ਜਾ ਕੇ ਆਪਾਂ ਗੱਲਾਂ ਬਾਤਾਂ ਹੋਰ ਕਰਾਂਗੇ ਜੀ। ਟਰੱਕ ਦਾ ਟ੍ਰੇਲਰ ਦਾ ਤੁਹਾਨੂੰ ਲੋਨ ਚਾਹੀਦਾ ਦੋਸਤੋ, ਅਤੇ ਤਲਵਿੰਦਰ ਜੱਜ ਲਾਈਨ ਆਫ ਕ੍ਰੈਡਿਟ ਤੁਹਾਨੂੰ ਚਾਹੀਦੀ ਹੈ, ਖੜ੍ਹੇ ਪੈਰ ਕਿਤੇ ਡਾਲਰਾਂ ਦੀ ਜ਼ਰੂਰਤ ਪੈ ਜਾਂਦੀ ਆ। ਅਤੇ ਫਿਰ ਤਲਵਿੰਦਰ ਜੱਜ ਸਾਹਿਬ ਦਾ ਨੰਬਰ 647-504-3297। ਅਤੇ ਮਾਲਵਾ ਵੈਲਡਿੰਗ ਐਂਡ ਫੈਬਰੀਕੇਸ਼ਨ ਤੋਂ ਬਾਈ ਬਲਜੀਤ ਮਾਲਵਾ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ। ਵੈਲਡਿੰਗ ਦੀਆਂ ਸੇਵਾਵਾਂ ਚਾਹੀਦੀਆਂ, ਪਹੁੰਚਣਾ ਹੈਗਾ 180 ਐਡਵਾਂਸ ਬੁਲੇਵਾਰਡ ਦੇ ਉੱਪਰ। ਗੱਲਬਾਤ ਲਈ ਨੰਬਰ 905-453-6006। ਅਤੇ ਸਟੀਫਨ ਫਰਨੀਚਰ ਦੇ ਉੱਪਰ ਹੁਣੇ ਹੀ ਸੇਲ ਚੱਲ ਰਹੀ ਹੈ ਜੀ, ਬਲੈਕ ਫਰਾਈਡੇ ਦੀ ਬਹੁਤ ਹੀ ਧਮਾਕੇਦਾਰ ਸੇਲ ਹੈਗੀ ਆ। ਸੇਲ ਦੇ ਉੱਪਰ ਸੇਲ ਹੋਊਗੀ ਜੇ ਦੇਸੀ ਰੰਗ ਦਾ ਹਵਾਲਾ ਦਿਓਗੇ। ਜਸਵੀਰ ਹੁਣਾਂ ਨੂੰ ਤੁਹਾਨੂੰ ਮਿਲਣਾ ਪੈਣਾ, ਪਹੁੰਚਿਓ ਜੀ ਟੋਰ ਬ੍ਰਹਮ ਸਟੀਲ 'ਤੇ। ਗੱਲਬਾਤ ਕਰਨ ਲਈ ਬਾਈ ਜਸਵੀਰ ਹੁਣਾਂ ਦਾ ਨਾਮ 1x1 ਕਰਕੇ ਔਨ ਏਅਰ ਕਰਦੇ ਜਾਵਾਂਗੇ। ਅਮਰਜੀਤ, ਅਮਰਜੀਤ ਜੀ ਲਿਖਿਆ ਆ ਰਿਹਾ ਜੀ ਤੁਹਾਡੀ ਆਈ ਡੀ ਜੀ ਆਇਆਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਜੀ ਆਇਆਂ ਨੂੰ। ਹਾਂਜੀ, ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਹੁੰਦਾ, ਪਰ ਜਿਹੜਾ ਬਾਈ ਜੀਆਂ ਨੇ ਕੋਡੀ ਬਾਰੇ ਦੱਸਿਆ ਜੀ, ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਅਸੀਂ ਮੈਚ ਦੇਖ ਰਹੀਏ ਹੋਈਏ। ਇੰਨੇ ਵਿਸਤਾਰ ਦੇ ਨਾਲ ਤੇ ਇੰਨਾ ਸੋਹਣਾ ਅੱਛਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਿਲਕੁਲ ਅੱਖਾਂ ਦੇ ਮੂਹਰੇ ਉਸੇ ਤਰ੍ਹਾਂ ਕੋਡੀ ਉਸੇ ਤਰ੍ਹਾਂ ਕੱਟ ਦਿਸ ਰਿਹਾ ਹੈ ਜੀ। ਥੈਂਕ ਯੂ ਭੈਣ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਧੰਨਵਾਦ। ਗੁਰਪ੍ਰੀਤ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਆਇਆਂ ਨੂੰ ਮੇਰੇ ਵੀਰ ਜੀ। ਹਾਂਜੀ, ਕਹਿੰਦੇ ਵੀ ਜਿੱਦਾਂ ਹੁਣ ਇਹਨਾਂ ਨੇ ਪਹਿਲਾਂ ਕੱਲ ਨੇ ਆਪਣੇ ਕਿਹਾ ਵਾ ਨਾ, ਕਹਿੰਦੇ ਵੀ ਜਿੱਦਾਂ ਉੱਥੇ ਹੀ ਲੈ ਜਾਂਦੇ ਆ ਗਰਾਊਂਡ ਦੇ ਵਿੱਚ, ਏਦਾਂ ਫੀਲ ਹੋਈ। ਮੈਂ ਹੁਣ ਡਰਾਈਵ ਕਰ ਰਿਹਾ, ਏਦਾਂ ਫੀਲ ਹੋ ਰਿਹਾ ਸੀਗਾ ਵੀ ਜਿੱਦਾਂ ਉਹ ਦ੍ਰਿਸ਼ ਹੀ ਦੇਖ ਰਹੇ ਹਾਂ ਉੱਥੇ। ਬਹੁਤ ਬਹੁਤ ਬਾਬੇ ਹੋਣਾ ਧੰਨਵਾਦ। ਮੈਂ ਕਹਿੰਦਾ ਵੀ ਬਾਕੀ ਹਰਜੀਤ ਇਹਨਾਂ ਦੀ ਕਬੱਡੀ ਦੇ ਦੋ, ਡਿਕਸੀ ਗੁਰਦੁਆਰਾ ਸਾਹਿਬ ਜਾਂ ਹੁੰਦੀ ਸੀ ਨਾ, ਉਦੋਂ ਬਾਅਦ ਵੀ ਇਹ ਕਬੱਡੀ ਨੀ ਦੇਖੀ। ਮੈਂ ਉਹਨੂੰ ਸਿੱਧੀ ਗੱਲ ਦੱਸਾਂ, ਉਦੋਂ ਕਬੱਡੀ ਦੇ ਦਿੰਦਾ ਸੀ, ਇਹ ਰੇਟ ਏਦਾਂ ਪਾਉਂਦਾ ਸੀ ਜਿੱਦਾਂ ਰਨ ਵੀਰੇ ਉੱਥੇ ਪਲੇਨ ਨੀ ਚੜਦਾ ਹੁੰਦਾ। ਸੱਚੀ ਯਾਰ, ਕਹਿੰਦਾ ਜਦ ਆਪਾਂ ਸਪੀਡ ਫੜਦਾ ਹੁੰਦਾ ਨਾ, ਪਿੱਛੇ ਨੂੰ ਬਾਹਾਂ ਜੀਆਂ ਕਰਕੇ ਏਦਾਂ ਮਾਰਦਾ ਸੀ, ਜਦ ਐ ਲੱਗਦਾ ਸੀ ਬਸ ਚੜ ਗਿਆ ਹੁਣ ਪਲੇਨ। ਮੈਂ ਕਹਿੰਦਾ ਵੀ ਕਬੱਡੀ ਉਹ ਟਾਈਮ ਸੀਗੀ। ਸੱਚੀ ਧੰਨਵਾਦ ਗੁਰਪ੍ਰੀਤ। ਕਈ ਵਾਰ ਨਾ ਪਰਮਾਤਮਾ ਨੂੰ ਪਤਾ ਨੀ ਕੀ ਮਨਜ਼ੂਰ ਹੁੰਦਾ ਯਾਰ, ਹਨਾ, ਕਹਿੰਦੇ ਜ਼ਿਆਦਾ ਮਸ਼ਹੂਰ ਹੋਣਾ ਵੀ ਮਾੜਾ ਹੈ। ਬਲਦੇਵ ਸਿੰਘ ਜੀ, ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ, ਪ੍ਰੋਫੈਸਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਢੁੱਡੀ ਗਿਆ ਬਾਪੂ, ਮੈਂ ਵੀ ਗਿਆ ਸੀ ਢੁੱਡੀ ਕੇ ਜਾਂਦਾ ਜਦੋਂ ਆਪਾਂ ਇੱਥੇ ਵਰਸੀ ਸੈਟਲ ਹੋਇਆ ਸੀ ਨਾ, ਡਾਊਨ ਟਾਊਨ ਮੈਚ ਪਹਿਲਾਂ ਇਹਨਾਂ ਦਾ ਫਿੱਡੂ ਹੋਣਾ ਦਾ ਜੀ, ਸਾਨੂੰ ਜਾਣ ਵਾਲੇ ਹਰਜੀਤ ਨਿਕਲੇ, ਫਿੱਡੂ ਫੜਿਆ ਜਾਵੇ, ਫਿੱਡੂ ਫੜਿਆ ਜਾਵੇ, ਸਾਡਾ ਜ਼ੋਰ ਨਹੀਂ ਕਰ ਰਿਹਾ ਸੀਗੇ, ਫਿੱਡੂ ਨਿਕਲ ਜਗ੍ਹਾ ਦੇ ਉੱਥੋਂ ਬਾਹਰਲਾ ਜ਼ੋਰ ਬਾਹਰ ਲਿਆਉਣਾ ਬੜਾ ਲੱਗਦਾ ਸੀ ਬਲਦੇਵ ਸਿੰਘ ਜੀ। ਹਾਂਜੀ, ਉਹਦਾ ਕੋਈ ਮੀਂਹ ਵੀ ਪੈ ਗਿਆ, ਅੰਕਲ ਉਹਨਾਂ ਨੂੰ ਚੇਤਾ ਹੋਊਗਾ ਮੈਚ ਚੱਲਦੇ ਮੀਂਹ ਪੈ ਗਿਆ ਸੀਗਾ, ਬਹੁਤ ਵਧੀਆ। ਉਸ ਤੋਂ ਬਾਅਦ 1992 ਸੁਣ ਰਹੇ ਪ੍ਰੋਗਰਾਮ ਅੰਕਲ ਜੀ? ਮੈਂ ਦੇਖੀ ਜਾਣਾ। ਅੱਛਾ, ਦੇਖੀ ਵੀ ਜਾ ਰਹੇ ਹਾਂ। ਥੈਂਕ ਯੂ ਅੰਕਲ ਜੀ, ਥੈਂਕ ਯੂ, ਥੈਂਕ ਯੂ, ਬਹੁਤ ਮਿਹਰਬਾਨੀ। ਸੁਣੋ ਜੀ, ਕੋਈ ਕਹਿੰਦਾ ਮੈਂ ਐ ਕਰਦਾ ਜੋ ਕਰਦਾ ਨਾ ਜੀ, ਇਹਨਾਂ ਬੰਦਿਆਂ ਨੂੰ ਯਾਰ ਰੋਕਿਆ ਕਰੋ ਮਾੜਾ ਜਿਹਾ ਜੀ। ਕੋਈ ਗੱਲ ਨੀ, ਸਾਡੀ ਸਾਡੀ ਕਮੇਟੀ ਨੂੰ ਮਾੜਾ ਅਸਰ ਪੈਂਦਾ ਇਸ ਚੀਜ਼ ਦਾ। ਜਰੂਰ ਅੰਕਲ ਜੀ, ਜਰੂਰ, ਕੋਈ ਨੀ, ਆਪਾਂ ਸਾਰਿਆਂ ਦੇ ਵਿਚਾਰ ਆਪਾਂ ਔਨ ਏਅਰ ਕਰ ਲਈਦੇ ਆ। ਕੋਈ ਗੱਲ ਨੀ, ਕੋਈ ਗੱਲ ਨੀ। ਥੈਂਕ ਯੂ ਸਾਹਿਬ ਆਉਂਦੇ ਆ, ਗੁਰਸਤ ਸਾਹਿਬ ਕਹਿੰਦੇ ਆ ਸਾਨੂੰ ਇਮੀਗ੍ਰੇਸ਼ਨ ਦੀ ਟਰਾਵਲ ਆ, ਸਾਨੂੰ ਟਰੱਕਾਂ ਦੀ ਟਰਾਵਲ ਆ। ਅੰਕਲ ਜੀ ਮੈਨੂੰ ਬਾਅਦ ਚ ਕਾਲ ਕਰਿਓ ਪਲੀਜ਼, ਬਾਅਦ ਚ ਕਾਲ ਕਰਿਓ। ਦੋ ਕਾਲਾਂ ਹੋਰ ਪਲੀਜ਼, ਹੋਰ ਕਾਲ ਨੀ ਆਪਾਂ ਲੈਣੀ। 7603 ਜੀ ਆਇਆਂ ਨੂੰ ਜੀ।
ਸੰਦੀਪ ਭਾਈ ਸਤਿ ਸ਼੍ਰੀ ਅਕਾਲ ਜੀ, ਦਲਵੀਰ ਸਤਿ ਸ਼੍ਰੀ ਅਕਾਲ ਦਲਵੀਰ ਵੀਰ, ਕੀ ਹਾਲ ਚਾਲ ਨੇ? ਅੰਕਲ ਜੀ ਥੈਂਕ ਯੂ, ਮੇਰੇ ਨਾਨਕ ਰੱਜੀ ਵਾਲੇ ਆ ਜੀ ਜੀ, ਰੱਜੀ ਵਾਲੇ ਤਿਖ ਰੱਜੀ ਵਾਲੀ ਗੱਲ ਕਰਦੇ ਅੰਕਲ ਜੀ ਬੜੀ ਸੋਹਣੀ, ਤੇ ਟੀਮਾਂ ਤਕੜੀਆਂ ਰਹੀਆਂ, ਬਹੁਤ ਤਕੜੀਆਂ ਟੀਮਾਂ ਨੇ ਪਹਿਲਾਂ ਸ਼ੁਰੂ ਤੋਂ ਜੀ, ਤੇ ਬਾਕੀ ਹਰਜੀਤ ਦੇ ਨਾਲ ਪਿੰਡ ਸਾਡਾ ਜੀਤਾ ਜੀ, ਬਾਕੀ ਅੰਕਲ ਜੀ ਪਤਾ ਹੋਣਾ, ਤੇ ਮੇਰੇ ਨੇੜੇ ਸਾਰੇ ਪਿੰਡ ਨੇ, ਪਿੰਡਾਂ ਨੇੜੇ ਨੇੜੇ ਫਿਰਦੇ ਆ, ਜ਼ਿਆਦਾ ਆ ਗਈਆਂ ਪੂਰੀਆਂ ਹਰਜੀਤ ਦੀਆਂ, ਉਹੀ ਗੇਮ ਅੱਜ ਵੀ ਯਾਦ ਕਰ ਰਹੇ ਆ। ਉਦੋਂ ਹਰਜੀਤ ਦਾ ਵੀ ਇਹ ਮੋਹ ਤੋਂ ਹੀ ਗੱਲਾਂ ਉੱਡੀਆਂ ਸੀ ਲੋਕਾਂ ਦੇ ਵਿੱਚ, ਬਈ ਇਹ ਕਿਸੇ ਪੁਰਾਣੇ ਖੁੰਡ ਦੇ ਕਬੱਡੀ ਦਾ ਜਿਹੜਾ ਉਹਨੇ ਕਰਵਾਇਆ ਇਹ, ਫਿਰ ਲੋਕਾਂ ਦੀਆਂ ਜਵਾਨਾਂ ਉਦੋਂ ਬੜੀਆਂ ਚੱਲੀਆਂ ਸੀ ਕੈਂਚੀਆਂ, ਫਿਰ ਹੌਲੀ ਹੌਲੀ ਬੰਦ ਹੋ ਗਈਆਂ, ਕੋਈ ਇਹਦੇ ਚ ਤੱਥ ਹੈਗਾ? ਮਿਹਰਬਾਨੀ, ਸ਼ੁਕਰੀਆ। ਸੋ ਗੁਰਜੀਤ ਤੁਸੀਂ ਕਾਲਾਂ ਹੋਲਡ ਕਰ ਲਿਓ, ਹੋਰ ਕਾਲ ਆਪਾਂ ਔਨ ਏਅਰ ਨਹੀਂ ਲੈਣੀਆਂ, ਕਾਲਾਂ ਤਿੰਨ ਹੋਰ ਹੈਗੀਆਂ ਫਲੈਸ਼ ਕਰਦੀਆਂ, ਮੈਂ ਠਹਿਰ ਕੇ ਲਊਂਗਾ ਜਾਂ ਥੋੜ੍ਹਾ ਜਿਹਾ ਟਾਈਮ ਦੇ ਦਿਓ। ਬਾਪੂ ਜੀ ਅਖੀਰ ਦੇ ਵਿੱਚ ਹੁਣ ਆਪਾਂ ਇਹਨੂੰ ਰੈਪ ਅਪ ਕਰ ਦਈਏ, ਜਿੰਨੀਆਂ ਕੁ ਕਾਲਾਂ ਆਈਆਂ ਸਾਰੇ, ਜਿਵੇਂ ਤੁਸੀਂ ਤੁਹਾਡਾ ਇੱਕ ਵੱਖਰਾ ਜਿਹਾ ਅੰਦਾਜ਼, ਜਿਸ ਤਰ੍ਹਾਂ ਤੁਸੀਂ ਉੱਥੇ ਐਜ ਏ ਮਤਲਬ ਮੈਚ ਦੇ ਵਿੱਚ ਰੈਫਰੀ ਵੀ ਕਰ ਰਹੇ ਹੋ, ਅਤੇ ਮੈਂ ਇੱਕ ਜ਼ਰੂਰ ਸ਼ੇਅਰ ਕਰਨਾ, ਘੋਲੀਆ ਖੁਰਦ ਦੇ ਵਿੱਚ ਟੂਰਨਾਮੈਂਟ ਹੋਇਆ ਸੀਗਾ, ਫਾਈਨਲ ਮੈਚ ਜਿਵੇਂ ਤੁਸੀਂ ਕਿਹਾ ਕਿ ਲਾਸਟ ਰੇਟ 'ਤੇ ਅੱਧੇ ਪੁਆਇੰਟ ਦਾ ਫਰਕ, ਅਤੇ ਉੱਧਰ ਸੀਗੇ ਜੀ ਗਾਗੋ ਹੁਣੀ, ਦੀਨਾ ਸਾਹਿਬ ਵਾਲੇ ਗਾਗੋ, ਅਤੇ ਗਾਗੋ ਹੁਣੀ ਹੁਣ ਵੀ ਇੱਥੇ ਆ, ਅਤੇ ਨਾਲ ਸੀਗੇ ਦੂਜੇ ਪਾਸੇ ਗਾਗੋ ਦੇ ਨਾਲ ਬਾਪੂ ਜੀ ਕੀ ਹੁੰਦਾ ਸੀ ਮੁੰਡਾ, ਭੀਮਾ, ਭੀਮਾ, ਠੀਕ ਹੈ ਜੀ। ਅਤੇ ਲਾਸਟ ਮੈਚ ਬਾਪੂ ਜੀ ਮੈਂ ਛੋਟਾ ਜਿਹਾ ਸੀਗਾ, ਸ਼ੌਂਕ ਬਹੁਤ ਸੀਗਾ ਘੋਲੀਆ ਖੁਰਦ, ਬਚਿੱਤਰ ਘੋਲੀਏ ਹੁਣੀ ਉਹ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ, ਹੁਣ ਵੀ ਸ਼ਾਇਦ ਕਰਾਉਂਦੇ ਆ ਉਹ, ਹੈ ਨਾ। ਅਤੇ ਉਹ ਜਿਹੜਾ ਲਾਸਟ ਮੈਚ ਸੀ ਨਾ, ਅਤੇ ਜਦੋਂ ਉੱਧਰੋਂ ਹਰਜੀਤ ਨਹੀਂ ਰੋਕਦਾ ਸੀ, ਉੱਧਰੋਂ ਗਾਗੋ ਨਹੀਂ ਰੋਕ ਰਿਹਾ ਸੀ, ਗਾਗੋ ਦਾ ਸਰੀਰ ਵੀ ਬਹੁਤ ਤਕੜੀ ਗੇਮ ਸੀ ਗਾਗੋ ਦੀ, ਆਪਾਂ ਅਗਲੇ ਦਿਨਾਂ 'ਚ ਗੱਲਬਾਤ ਕਰਾਂਗੇ। ਅਤੇ ਲਾਸਟ ਜਿਹੜੀ ਹਰਜੀਤ ਦੀ ਰੇਡ ਆਈ ਨਾ, ਅਤੇ ਗਾਗੋ ਭੱਜ ਕੇ ਚਲਾ ਗਿਆ ਜੀ ਆਪਣੇ ਸਟਾਪ ਵਾਲੇ ਪਾਸੇ, ਠੀਕ ਹੈ, ਅਤੇ ਸਟਾਪ ਵਾਲੇ ਪਾਸੇ ਚਲਾ ਗਿਆ, ਅਤੇ ਹਰਜੀਤ ਦੇ ਬੰਦੇ ਜਿਹੜੇ ਰੇਡ ਸਟੋਪਰ ਸੀ ਨਾ, ਉਹਨਾਂ ਤੋਂ ਰਹਿੰਦਾ ਨਹੀਂ ਸੀ, ਬਹੁਤ ਘੱਟ ਮਤਲਬ ਕੋਈ ਰੇਡਰ ਰਹਿੰਦੇ ਹੁੰਦੇ ਸੀ, ਅਤੇ ਜਦੋਂ ਹਰਜੀਤ ਰੇਡ 'ਤੇ ਗਿਆ ਅਤੇ ਗਾਗੋ ਵਾਲੇ ਪਾਸੇ ਨੂੰ ਮਤਲਬ ਉਹਦਾ ਹੋਇਆ ਆਪਣਾ ਝਾਕਿਆ, ਅਤੇ ਭੀਮੇ ਨੇ ਲੱਤਾਂ 'ਤੇ ਚੱਕ ਲਿਆ, ਹੈ ਨਾ। ਸੋ ਉਹ ਅੱਧੇ ਜਿਹੜੇ ਪੁਆਇੰਟ 'ਤੇ ਮੈਨੂੰ ਲੱਗਦਾ ਜੀ, ਜੇ ਮੈਂ ਗਲਤ ਨਹੀਂ ਗਾ ਉਸ ਟਾਈਮ ਇਹ ਗੱਲਾਂ ਕਰਦਾ, ਅੱਜ ਤੋਂ 30 ਸਾਲ ਪੁਰਾਣੀਆਂ, ਹੈ ਨਾ। ਅਤੇ ਉਸ ਟਾਈਮ ਉਹ ਜਿਹੜਾ ਪੁਆਇੰਟ ਫਿਰ ਦੀਨਾ ਸਾਹਿਬ ਦਾ ਚਲਾ ਗਿਆ ਸੀ, ਉਹ ਵੀ ਬੜਾ ਮਤਲਬ ਮੈਚ ਲੋਕਾਂ ਨੇ ਚੀਕਾਂ ਮਾਰ, ਮਤਲਬ ਉਹ ਵੱਖਰਾ ਹੀ ਇੱਕ ਆਨੰਦ ਸੀਗਾ, ਹੈ ਨਾ। ਸੋ ਇੱਦਾਂ ਦੀਆਂ ਹੋਰ ਬੜੀਆਂ ਵੱਖਰੀਆਂ ਵੱਖਰੀਆਂ ਗੱਲਾਂ ਬਾਤਾਂ ਹੋਣੀਆਂ। ਅਖੀਰ ਦੇ ਵਿੱਚ ਬਾਪੂ ਜੀ ਤੁਸੀਂ ਦੋ ਸ਼ਬਦ ਫਿਰ ਹੋਰ। ਦੇਖੋ ਗੇਮਾਂ ਜਿਹੜੀਆਂ ਹੈਗੀਆਂ ਨੇ, ਇਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਕਬੱਡੀ ਤੋਂ ਲੈ ਕੇ ਹਾਕੀ, ਕ੍ਰਿਕਟ ਅਤੇ ਹੋਰ ਸਾਰੀਆਂ, ਹੁਣ ਜਿਵੇਂ ਕ੍ਰਿਕਟ ਦਾ ਮੈਚ ਵੀ ਚੱਲ ਰਿਹਾ। ਤੋ ਇਹਦੇ 'ਚ ਖਿਡਾਰੀਆਂ ਦਾ ਜਿਹੜਾ ਨਾਮੀ ਹੋਣਾ, ਮਸ਼ਹੂਰ ਹੋਣਾ, ਇਹ ਕੁਦਰਤੀ ਗੱਲ ਆ। ਇਸੇ ਤਰੀਕੇ ਦੇ ਨਾਲ ਹੀ ਹਰਜੀਤ ਹੋਣੀ ਜਾਂ ਉਸ ਤੋਂ ਪਹਿਲਾਂ ਫਿੱਡੂ ਹੋਣੀ, ਦੇਵੀ ਹੋਣੀ, ਹੋਰ ਕਿੰਨੇ ਹੀ ਉਸ ਤੋਂ ਬਾਅਦ ਅੱਜ ਕੱਲ੍ਹ ਕਿੰਨੇ ਹੀ ਖਿਡਾਰੀ ਨੇ, ਇੱਕ ਦਾ ਨਾਂ ਲਈਏ ਕਿੰਨਿਆਂ ਦਾ ਰਹਿ ਜੂਗਾ। ਤੋ ਇਹ ਨਾਮਾਂ ਆਜ਼ਾਦੀ ਤਾਂ ਹੁੰਦੀ ਆ, ਮਸ਼ਹੂਰੀ ਵੀ ਹੁੰਦੀ, ਪ੍ਰਸਿੱਧੀ ਵੀ ਹੁੰਦੀ ਆ, ਇਹ ਕੁਦਰਤੀ ਗੱਲ ਆ। ਤੋ ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਕਿ ਕਿਸੇ ਖਿਡਾਰੀ ਦੀ ਖੇਡ ਦੇ ਨਾਲ ਨਾਲ ਬਾਕੀ ਗੱਲਾਂ ਵੀ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ। ਮਿਸਾਲ ਦੇ ਤੌਰ 'ਤੇ ਇਹਦਾ ਹੱਸਮੁੱਖ ਹੋਣਾ ਔਰ ਇਹਦਾ ਮਿਲਣਸਾਰ ਹੋਣਾ, ਇਹ ਸਾਰੀਆਂ ਗੱਲਾਂ ਲੋਕਾਂ ਨੂੰ ਇੰਨੀਆਂ ਪਸੰਦ ਰਹੀਆਂ ਕਿ ਉਸ ਤੋਂ ਬਾਅਦ ਪਿੰਡ ਪਿੰਡ ਟੂਰਨਾਮੈਂਟ ਦੇ ਨਾਂ ਦੇ ਉੱਤੇ, ਹਰਜੀਤ ਦੇ ਨਾਂ ਦੇ ਉੱਤੇ ਬਹੁਤ ਟੂਰਨਾਮੈਂਟ, ਬੜੇ ਕਲੱਬੇ ਦੇ ਨਾਂ ਦੇ ਉੱਤੇ ਬਣੇ, ਬੜੇ ਟੂਰਨਾਮੈਂਟ ਦੇ ਨਾਂ ਦੇ ਉੱਤੇ ਚੱਲ ਰਹੇ ਨੇ, ਔਰ ਇਹਦਾ ਹਰਮਨ ਪਿਆਰਾ ਹੋਣ ਦੇ ਵਿੱਚ ਇਹ ਬਹੁਤ ਵੱਡੀ ਗੱਲ ਸੀ ਕਿ ਬੜੀ ਸਾਫ਼ ਸੁਥਰੀ ਖੇਡ ਖੇਡਦਾ ਸੀਗਾ। ਇਹ ਨਹੀਂ ਕਿ ਮਾੜੇ 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 ਖਿਡਾਰੀ ਦੇ ਉੱਤੇ ਉਸਨੂੰ ਚੁੱਕ ਕੇ ਮਾਰਨਾ ਜਾਂ ਉਹਨੂੰ ਸੱਟ ਮਾਰਨੀ ਜਾਂ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ। ਕੁਛ ਖਿਡਾਰੀ ਹੁੰਦੇ ਨੇ ਕਬੱਡੀ ਦੇ ਵਿੱਚ ਜਿਹੜੇ ਕੁਝ ਇਸ ਤਰ੍ਹਾਂ ਸ਼ੋਅ ਕਰਦੇ ਨੇ, ਜਾਂ ਮਾੜੇ ਖਿਡਾਰੀ ਨੂੰ ਲੱਤੜ ਦੇਣਾ ਜਾਂ ਮਤਲਬ ਚਲਾ ਕੇ ਗਰਾਊਂਡ 'ਚੋਂ ਬਾਹਰ ਮਾਰਨਾ ਜਾਂ ਹੋਰ ਧੱਕਾ ਦੇਣਾ ਜਾਂ ਇਸ ਤਰ੍ਹਾਂ, ਇਹਦੇ ਤੋਂ ਇਹਨਾਂ ਨੂੰ ਬਚਾਅ ਸੀਗਾ। ਇਹ ਜਦੋਂ ਵੀ ਖੇਡਦਾ ਸੀ, ਖਾਸ ਤੌਰ 'ਤੇ ਇੱਥੇ ਜਿਹੜੇ ਟੋਰਾਂਟੋ ਵਾਲੇ ਨੇ, ਇਹਨਾਂ ਦਾ ਬਹੁਤ ਖੇਡ ਦੇਖੀ ਹੈ ਇਹਦੀ, ਔਰ 1995 ਦੇ ਵਿੱਚ ਜਿਹੜਾ ਕੋਪਸਕੁਲੀਜ਼ਮ ਦੇ ਵਿੱਚ ਹੋਇਆ ਸੀਗਾ ਟੂਰਨਾਮੈਂਟ, ਪਾਕਿਸਤਾਨ ਦੀ ਟੀਮ ਦੇ ਖਿਲਾਫ਼ ਖੇਡਦਾ ਦੇਖਿਆ ਜਿਨ੍ਹਾਂ ਨੇ, ਔਰ ਲੋਕਾਂ ਨੇ ਬਹੁਤ ਵੱਡੀ ਗਿਣਤੀ ਜਦੋਂ ਇਹ ਮੈਚ ਦੇਖਿਆ ਸੀਗਾ, ਤੋ ਸਭ ਮਤਲਬ ਵਾਰੇ ਵਾਰੇ ਜਾਂਦੇ ਸੀਗੇ, ਭਾਵੇਂ ਨਾਲ ਫਿੱਡੂ ਵੀ ਖੇਡਦਾ ਸੀ, ਸੱਭਾ ਵੀ ਖੇਡਦਾ ਸੀਗਾ, ਪੱਪੂ ਹੁਣੀ ਸਾਰੇ ਸੀਗੇ, ਦੂਜੇ ਵੀ ਹੋਣਗੇ ਖਿਡਾਰੀ, ਤੇ ਨਾਲ ਇਧਰਲੇ ਪਾਸੇ ਆਪਣਾ ਕਾਲਾ ਸੀ ਉਹਦਾ ਸਾਥੀ ਹੋਈ, ਇਕੱਠੇ ਖੇਡਦੇ ਹੁੰਦੇ ਸੀ, ਗਾਜ਼ੀਆਣੇ ਵਾਲਾ, ਘੋੜੀਏ ਵਾਲਾ ਦੂਜਾ ਮੁੰਡਾ ਜਿਹੜਾ ਸੀਗਾ ਉਹ ਵੀ ਖੇਡਦਾ ਸੀ, ਸਾਰੇ ਖੇਡਦੇ ਸੀਗੇ। ਇਹ ਜਿਹੜੀ ਗੱਲ ਕੀਤੀ ਹੈ ਨਾ ਇੱਕ ਸੱਜਣ ਨੇ, ਇਹਦੇ ਪਿੱਛੇ ਕੁਛ ਇਹੋ ਜਿਹੀ ਨਾ ਹੋਵੇ, ਹਾਦਸਾ ਹੋਇਆ ਵੀ ਉਹਦੇ ਪਿੱਛੇ ਜਾਣ ਕੇ ਕਰਵਾਇਆ ਹੋਵੇ, ਕੀਤਾ ਹੋਵੇ, ਇਹ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਬਹੁਤ ਪੁਰਾਣੀ ਗੱਲ ਹੋ ਗਈ ਆ।
ਇਹ ਜਿਹੜੇ ਹਾਦਸੇ ਹੁੰਦੇ ਨੇ ਨਾ, ਪਤਾ ਨੀ ਲੱਗਦਾ ਵੀ ਕਦੋਂ ਕਿਵੇਂ ਹੋ ਜਾਂਦੇ, ਕੀ ਕਾਰਨ ਹੁੰਦਾ। ਉਹ ਸਾਡੇ ਕਈ ਖਿਡਾਰੀ ਬੜੇ ਹੀ ਤਗੜੇ ਖਿਡਾਰੀ, ਉਹ ਸਾਡੇ ਕੁਛ ਖਿਡਾਰੀ ਹਾਦਸਿਆਂ ਚ ਵੀ ਮਰੇ ਨੇ, ਕੁਛ ਡਰੱਗ ਦੇ ਨਾਲ ਵੀ ਮਰੇ ਨੇ, ਕੁਛ ਗੋਲੀ ਨਾਲ ਵੀ। ਇਹ ਬੜੀ ਮਤਲਬ ਇਹੋ ਜਿਹਾ ਹੈਗਾ ਨਾ ਬੰਦੇ ਦੀ ਲਾਈਫ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਇਹ ਬੜਾ ਭੈੜਾ ਵਰਤਾਰਾ। ਇਹ ਕਬੱਡੀ ਦੇ ਵਿੱਚ ਤਾਂ ਇਹ ਜਿਹੜਾ ਹਾਦਸੇ ਹੋਣ ਦਾ ਕਾਰਨ ਇੱਕ ਇਹ ਵੀ ਹੁੰਦਾ ਕਿ ਲੇਟ ਟੂਰਨਾਮੈਂਟ ਮੁੱਕਦੇ ਨੇ, ਦਿਨ ਛਿਪ ਜਾਂਦਾ ਹੈਗਾ, ਉੱਥੋਂ ਵਾਪਸੀ ਆਉਣੀ ਹੁੰਦੀ ਆ, ਕਾਰਾਂ ਦੇ ਉੱਤੇ ਅੱਜ ਕੱਲ੍ਹ ਆਉਂਦੇ ਨੇ, ਗੱਡੀਆਂ 'ਤੇ ਆਉਂਦੇ ਨੇ, ਤੋ ਉਹ ਜਿਹੜਾ ਹਨੇਰੇ ਸਵੇਰੇ ਸਫ਼ਰ ਕਰਨਾ ਇੱਕ ਤਾਂ ਇਹ ਵੀ ਕਾਰਨ ਹੁੰਦਾ ਹੈਗਾ ਜੀ। ਦੂਜਾ ਇਹ ਹੈ ਕਿ ਜਿਹੜੀ ਹੁਣ ਆਹ ਗੈਂਗਸਟਰਿਜ਼ਮ ਆ ਗਿਆ ਹੈਗਾ, ਇਹਨਾਂ ਦੇ ਵਿੱਚ ਆ ਗੋਲੀਆਂ ਚੱਲ ਜਾਣੀਆਂ ਜਾਂ ਮਤਲਬ ਕਿਸੇ ਦਾ ਕਤਲ ਹੋ ਜਾਣਾ, ਇਹ ਵੀ ਇੱਕ ਬਹੁਤ ਭੈੜੀ ਗੱਲ ਆ। ਔਰ ਤੀਜੀ ਹੈ ਕਿ ਇਹਦਾ ਸਭ ਕਾਸੇ ਦੇ ਪਿੱਛੇ ਨਾ ਜਿਹੜੀ ਉਹ ਡਰੱਗ ਵਾਲੇ ਹੈਗੇ ਆ, ਜਿਹਨਾਂ ਨੇ ਕਬੱਡੀ ਨੂੰ ਡਰੱਗ ਦੇ ਲਾਇਆ, ਉਹ ਆਪਦੇ ਮੁਨਾਫੇ ਲਈ ਪੈਸੇ ਕਮਾਉਣ ਲਈ ਉਹਨਾਂ ਨੇ ਡਰੱਗ ਪ੍ਰਚਲਿਤ ਕੀਤੀ ਖਿਡਾਰੀਆਂ ਨੂੰ, ਉਹਦੇ ਰਾਹੀਂ ਬਹੁਤ ਸਾਰੇ ਸਾਡੇ ਖਿਡਾਰੀ ਗਏ ਨੇ। ਤੋ ਇਹਦੇ ਤੋਂ ਤਾਂ ਇਹੀ ਆ, ਸਾਰੇ ਸੁਚੇਤ ਹੋਈਏ, ਬਚਾਈਏ ਇਹਨਾਂ ਗੱਲਾਂ ਤੋਂ, ਖਿਡਾਰੀ ਖੁਦ ਵੀ ਬਚਣ ਔਰ ਉਹਨਾਂ ਦੇ ਪ੍ਰਮੋਟਰ ਵੀ ਧਿਆਨ ਰੱਖਣ, ਕੋਚ ਵੀ ਧਿਆਨ ਰੱਖਣ ਤੇ ਕਿ ਇਹ ਜਿਹੜੇ ਹਾਦਸੇ ਨੇ ਡਰੱਗ ਵਾਲੇ ਜਾਂ ਐਕਸੀਡੈਂਟ ਜਾਂ ਇਹ ਗੋਲੀਆਂ ਵਾਲੇ ਇਹ ਨਾ ਹੋਣ ਦੇਣ। ਤੋ ਜਿਹਨਾਂ ਨੇ ਇਹ ਸੁਣਿਆ ਜਾਂ ਹੁੰਗਾਰਾ ਭਰਿਆ ਉਹਨਾਂ ਦਾ ਧੰਨਵਾਦ। ਹਾਲ ਦੀ ਘੜੀ ਇੰਨੀਆਂ ਗੱਲਾਂ ਬਹੁਤ ਨੇ। ਥੈਂਕ ਯੂ।